ਪੰਜਾਬੀ ਪੜ ਰਹੇ ਸਾਰੇ ਵਿਦਿਆਰਥੀਆਂ ਦਾ YouTube ਚੈਨਲ ਲਰਨ ਵਿਦ ਹਰਮਿੰਦਰ ਸਰਵਿਸ ਬਹੁਤ-ਬਹੁਤ ਸਵਾਗਤ ਹੈ ਅੱਜ ਇਸ ਵੀਡੀਓ ਵਿੱਚ ਅਸੀਂ ਕਰਾਂਗੇ 12ਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਪੁਸਤਕ ਵਿੱਚੋਂ ਕਹਾਣੀ ਨੀਲੀ ਇਸ ਦੇ ਵਿਸ਼ਤੁਨਿਸ਼ਟ ਪ੍ਰਸ਼ਨ ਤੇ ਵਿਦਿਆਰਥੀਓ ਕਿ ਅਸੀਂ ਵਿਸ਼ਤੁਨਿਸ਼ਟ ਪ੍ਰਸ਼ਨ ਕਿਤੇ ਹਨ ਇਸ ਕਰਕੇ ਆਪ ਸਾਰੇ ਵਿਦਿਆਰਥੀ ਵੀ ਨਾਲ ਦੀ ਨਾਲ ਪ੍ਰਸ਼ਨਾਂ ਦੇ ਉੱਤਰ ਦਿੰਦੇ ਰਹਿਣਾ ਤੇ ਅੰਤ ਵਿੱਚ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਿ ਆਪ ਸਾਰਿਆਂ ਦੇ ਕਿੰਨੇ ਉੱਤਰ ਠੀਕ ਸਨ ਆਓ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਲੇਖਕ ਦੇ ਤ੍ਰੀਮਤ ਨੇ ਗੁਆਲੇ ਨਾਲ ਕਿਹੜੀਆਂ ਕਿਹੜੀਆਂ ਸ਼ਰਤਾਂ ਤੈਅ ਕੀਤੀਆਂ ਸਨ ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਲੇਖਕ ਦੇ ਤ੍ਰਿਮਤ ਨੇ ਗਵਾਲੇ ਨਾਲ ਨੀਲੀ ਨੂੰ ਚੰਗਾ ਚਾਰਾ ਜਿਵੇਂ ਕਿ ਦਾਣਾ ਵਣੇਵੇਂ ਖਲੀਆਤ ਖਵਾਉਣ ਦੀ ਸ਼ਰਤ ਤੈ ਕੀਤੀ ਸੀ ਅਗਲਾ ਪ੍ਰਸ਼ਨ ਹੈ ਠੀਕ ਉੱਤਰ ਨਿਸ਼ਾਨ ਲੈਣਾ ਲੇਖਕ ਦੇ ਤ੍ਰਿਮਤ ਨੇ ਨੀਲੀ ਨੂੰ ਇਸ ਕਰਕੇ ਪਸੰਦ ਕੀਤਾ ਸੀ ਕਿਉਂਕਿ ਆਪਸ਼ਨਸ ਹਨ ਸੋਹਣੀ ਤੇ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ ਜਾਂ ਨੀਲੀ ਬਹੁਤ ਜ਼ਿਆਦਾ ਦੁੱਧ ਦਿੰਦੀ ਸੀ ਤੇ ਇਸ ਦਾ ਉੱਤਰ ਹੈ ਕਿਉਂਕਿ ਸੋਹਣੀ ਤੇ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ ਅਗਲਾ ਸਹੀ ਹੈ ਗਲਤ ਦੱਸੋ ਨੀਲੀ ਦੀ ਵੱੱਛੀ ਦੀ ਸ਼ਕਲ ਨੀਰੀ ਪੂਰੀ ਨੀਲੀ ਵਰਗੀ ਸੀ ਸਹੀ ਹੈ ਗਲਤ ਤੇ ਇਹ ਬਿਲਕੁਲ ਸਹੀ ਹੈ ਇਹ ਬਿਲਕੁਲ ਠੀਕ ਹੈ ਅਗਲਾ ਪ੍ਰਸ਼ਨ ਹੈ ਨੀਲੀ ਦੀ ਵੱੱਛੀ ਮਰ ਗਈ ਕਿਉਂਕਿ ਆਪਸ਼ਨਸ ਹਨ ਗਵਾਲਾ ਉਸ ਨੂੰ ਚਾਰਾ ਨਹੀਂ ਖਵਾਉਂਦਾ ਸੀ ਜਾਂ ਗਵਾਲਾ ਉਸ ਲਈ ਚੁੱਲ੍ਹੀ ਪਰ ਵੀ ਦੁੱਧ ਨਹੀਂ ਸੀ ਛੱਡਦਾ ਤੇ ਇਸ ਦਾ ਉੱਤਰ ਹੈ ਗਵਾਲਾ ਉਸ ਲਈ ਚੁੱਲ੍ਹੀ ਪਰ ਵੀ ਦੁੱਧ ਨਹੀਂ ਸੀ ਛੱਡਦਾ ਅਗਲਾ ਪ੍ਰਸ਼ਨ ਹੈ ਵੱੱਛੀ ਦੇ ਮਰਨ ਤੇ ਨੀਲੀ ਦੁੱਧ ਕਿਉਂ ਨਹੀਂ ਸੀ ਦੇ ਰਹੀ ਤੇ ਇਸ ਦਾ ਉੱਤਰ ਹੈ ਕਿਉਂਕਿ ਉਸ ਦਾ ਮਨ ਦੁਖੀ ਸੀ ਤੇ ਉਸ ਨੂੰ ਆਪਣੀ ਵੱੱਛੀ ਦੀ ਯਾਦ ਆ ਰਹੀ ਸੀ ਪਿਆਰੇ ਵਿਦਿਆਰਥੀਓ ਇਹ ਤੇ ਸੀਗੇ ਬੁੱਕ ਵਾਲੇ ਕੁਐਸਚਨ ਹੁਣ ਅਸੀਂ ਕਰਾਂਗੇ ਕੁਝ ਐਕਸਟਰਾ ਇੰਪੋਰਟੈਂਟ ਕੁਐਸਚਨਸ ਜਿਸ ਵਿੱਚ ਸਭ ਤੋਂ ਪਹਿਲਾਂ ਨੀਲੀ ਕਹਾਣੀ ਦਾ ਲੇਖਕ ਕੌਣ ਹੈ ਤੇ ਇਸ ਦਾ ਉੱਤਰ ਹੈ ਕਰਤਾਰ ਸਿੰਘ ਦੁੱਗਲ ਅਗਲਾ ਕਵਾਲਾ ਕਿਸ ਕਹਾਣੀ ਦਾ ਪਾਤਰ ਸੀ ਨੀਲੀ ਸਾਂਝ ਆਪਣਾ ਦੇਸੀ ਐਨਾ ਵਿੱਚ ਕੋਈ ਨਹੀਂ ਤੇ ਇਸ ਦਾ ਉੱਤਰ ਹੈ ਨੀਲੀ ਅਗਲਾ ਪ੍ਰਸ਼ਨ ਹੈ ਨੀਲੀ ਕਹਾਣੀ ਵਿੱਚ ਵੱੱਛੀ ਮਰਨ ਤੇ ਨੀਲੀ ਦੁੱਧ ਕਿਉਂ ਨਹੀਂ ਸੀ ਦੇ ਰਹੀ ਆਪਸ਼ਨਸ ਹਨ ਵੱੱਛੀ ਦੇ ਮਰਨ ਦਾ ਨੀਲੀ ਨੂੰ ਸਦਮਾ ਸੀ ਦੂਜੀ ਆਪਸ਼ਨ ਹੈ ਚਾਰਾ ਨਹੀਂ ਮਿਲਿਆ ਤੇਜੀ ਆਪਸ਼ਨ ਗਵਾਲਾ ਲਾਲਚੀ ਸੀ ਜਾਂ ਚੌਥੀ ਆਪਸ਼ਨ ਉਪਰੋਕਤ ਸਾਰੇ ਤੇ ਸਹੀ ਜਵਾਬ ਹੈ ਵੱਚੀ ਦੇ ਮਰਨ ਦਾ ਨੀਲੀ ਨੂੰ ਸਦਮਾ ਸੀ ਅਗਲਾ ਪ੍ਰਸ਼ਨ ਹੈ ਨੀਲੀ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਮ ਦੱਸੋ ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ ਲੇਖਕ ਲੇਖਕ ਦੀ ਤ੍ਰਿਮਤ ਗਵਾਲਾ ਜਾਂ ਨੀਲੀ ਅਗਲਾ ਪ੍ਰਸ਼ਨ ਹੈ ਨੀਲੀ ਕਹਾਣੀ ਵਿੱਚ ਗਵਾਲੇ ਦੇ ਚਰਿੱਤਰ ਦਾ ਗੁਣ ਕਿਹੜਾ ਹੈ ਆਪਸ਼ਨਸ ਹਨ ਇਨਸਾਨੀਅਤ ਵਾਲਾ ਹਮਦਰਦੀ ਪਰਿਆ ਜਾਂ ਨਿਡਰਤਾ ਵਾਲਾ ਜਾਂ ਵਪਾਰਿਕ ਰੁਚੀ ਵਾਲਾ ਤੇ ਇਸ ਜਵਾਬ ਹੈ ਵਪਾਰਿਕ ਰੁਚੀ ਵਾਲਾ ਕਿਉਂਕਿ ਕੁਵਾਲੇ ਲਈ ਨੀਲੀ ਸਿਰਫ ਇੱਕ ਦੁੱਧ ਦੇਣ ਦਾ ਸਾਧਨ ਸੀ ਪਰ ਅਸਲ ਵਿੱਚ ਨਹੀਂ ਲਈ ਇੱਕ ਮਾਵੀ ਸੀ ਅਗਲਾ ਨੀਲੀ ਦੇ ਚਰਿੱਤਰ ਦਾ ਗੁਣ ਕਿਹੜਾ ਹੈ ਬੁਰੀ ਝਗੜਾਲੂ ਗੁੱਸੇ ਵਾਲੀ ਜਾਂ ਮਮਤਾ ਮਾਰੀ ਤੇ ਦੁਖੀ ਤੇ ਇਸ ਦਾ ਉੱਤਰ ਹੈ ਮਮਤਾ ਮਾਰੀ ਤੇ ਦੁਖੀ ਨੀਲੀ ਦਾ ਰੰਗ ਕਿ ਹੋ ਜਾ ਸੀ ਨੀਲਾ ਪੂਰਾ ਗੋਰਾ ਜਾਂ ਕਾਲਾ ਤੇ ਇਸ ਦਾ ਉੱਤਰ ਹੈ ਗੋਰਾ ਹੇਠ ਲਿਖਿਆਂ ਵਿੱਚੋਂ ਨੀਲੀ ਕਹਾਣੀ ਦਾ ਪਾਤਰ ਚੁਣੋ ਨਿਰੰਜਨ ਸਿੰਘ ਗਵਾਲਾ ਬੁੱਢੀ ਮਾਇਆ ਪ੍ਰੋਫੈਸਰ ਐਮ ਐਲ ਮਲ ਉਤਰਾ ਤੇ ਇਸ ਦਾ ਉੱਤਰ ਹੈ ਗੁਲਾ ਅਗਲਾ ਪ੍ਰਸ਼ਨ ਨੀਲੀ ਕਾ ਅਨਿਤ ਮੁਖ ਪੱਤਰ ਕੌਣ ਹੈ ਤੇ ਇਸ ਦਾ ਉੱਤਰ ਹੈ ਨੀਲੀ ਅਗਲਾ ਪ੍ਰਸ਼ਨ ਹੈ ਜਦੋਂ ਨੀਲੀ ਇੰਜਾਂਦੀ ਡੈਸ਼ ਮਾਰ ਕੇ ਗੇਟ ਨੂੰ ਖੋਲ ਲੈਂਦੀ ਸੀ ਲੱਤ ਪੂਛ ਤੂਸੀਆਂ ਸਿਰ ਤੇ ਇਸ ਦਾ ਉੱਤਰ ਹੈ ਤੂਸ ਤੇ ਤੂਸ ਦਾ ਅਰਥ ਹੁੰਦਾ ਸਿਰ ਨਾਲ ੱੱਕਾ ਮਾਰਨਾ ਤੇ ਪਿਆਰੇ ਵਿਦਿਆਰਥੀ ਹੋਣ ਆਪਣਾ ਸਕੋਰ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ